UGC ਨੈੱਟ ਮਾਸਟਰ ਕੈਡਰ ਪੰਜਾਬੀ CTET PTET HTET ਅਤੇ ਹੋਰ ਇਮਤਿਹਾਨਾਂ ਵਿੱਚ ਪੰਜਾਬੀ ਵਿਸ਼ੇ ਦੀ ਤਿਆਰੀ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਦਬਾਓ। ਤਾਂ ਸਵਾਗਤ ਹੈ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਜਿਸ ਦਾ ਨਾਮ ਹੈ ਅਮਿਤ ਜਿੰਦਲ, ਜਿਸ ਵਿੱਚ ਤੁਸੀਂ ਤਿਆਰੀ ਕਰ ਰਹੇ ਹੋ ਪੰਜਾਬ ਸਟੇਟ ਟੀਚਰ ਐਲੀਜੀਬਿਲਟੀ ਟੈਸਟ ਮਾਸਟਰ ਕੈਡਰ ਪੰਜਾਬੀ ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ ਅਤੇ ਹੋਰ ਰਾਜਾਂ ਦੇ ਵਿੱਚ ਜੋ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਇਮਤਿਹਾਨ ਹੁੰਦੇ ਨੇ ਉਹਨਾਂ ਦੀ ਤਿਆਰੀ ਤੁਸੀਂ ਮੇਰੇ ਇਸ YouTube ਚੈਨਲ ਦੇ ਉੱਪਰ ਕਰ ਸਕਦੇ ਹੋ। ਦੋਸਤੋ, ਇਸ ਤੋਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਆਪਾਂ ਨੇ ਵਾਕ ਦੇ ਹਿੱਸਿਆਂ ਦੇ ਬਾਰੇ, ਜਿਹਦੇ ਵਿੱਚ ਆਪਾਂ ਨੇ ਉਦੇਸ਼ ਅਤੇ ਵਿਧੇ ਦੇ ਬਾਰੇ ਪੜ੍ਹਿਆ ਸੀ। ਤਾਂ ਦੋਸਤੋ, ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਦੇ ਹਾਂ ਵਾਕਾਂ ਦੀ ਸ਼੍ਰੇਣੀ ਵੰਡ, ਜਾਂ ਵਾਕ ਵੰਡ ਕਹਿ ਦਿੰਦੇ ਨੇ, ਜਾਂ ਵਾਕਾਂ ਦੀ ਸ਼੍ਰੇਣੀ ਵੰਡ ਹੈ। ਤਾਂ ਦੋਸਤੋ, ਵਾਕਾਂ ਦੀ ਸ਼ੁਰੂ ਕਰਦੇ ਵੀਡੀਓ, ਵਾਕਾਂ ਦੀ ਸ਼੍ਰੇਣੀ ਵੰਡ ਵਾਕਾਂ ਦੀ ਬਣਤਰ ਅਤੇ ਕਾਰਜ ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਹਾਂਜੀ, ਬਣਤਰ ਦੇ ਆਧਾਰ 'ਤੇ ਜੇਕਰ ਵਾਕਾਂ ਦੀ ਵੰਡ ਦੇ ਬਾਰੇ ਚਰਚਾ ਕਰੀਏ ਤਾਂ ਇਸ ਵਿੱਚ ਆਉਂਦੇ ਨੇ ਸਧਾਰਨ ਵਾਕ, ਸੰਯੁਕਤ ਵਾਕ ਅਤੇ ਮਿਸ਼ਰਿਤ ਵਾਕ। ਦੋਸਤੋ, ਪ੍ਰਸ਼ਨ ਇਹ ਅਕਸਰ ਬਣ ਜਾਂਦਾ ਹੈ ਕਿ ਸਧਾਰਨ ਵਾਕ ਹੈ ਜੋ ਵਾਕਾਂ ਦੀ ਕਿਸ ਪ੍ਰਕਾਰ ਦੀ ਵੰਡ ਦੇ ਵਿੱਚ ਆਉਂਦਾ, ਕਾਰਜ ਦੇ ਆਧਾਰ 'ਤੇ ਆਉਂਦਾ ਜਾਂ ਬਣਤਰ ਦੇ ਆਧਾਰ 'ਤੇ ਆਉਂਦਾ। ਅਤੇ ਇਹ ਜੀ ਬਣਤਰ ਦੇ ਆਧਾਰ 'ਤੇ ਨੇ ਵਾਕ ਦੀਆਂ 3 ਕਿਸਮਾਂ ਨੇ। ਅੱਗੇ ਗੱਲ ਕਰਦੇ ਹਾਂ ਜੀ ਕਾਰਜ ਦੇ ਆਧਾਰ 'ਤੇ। ਦੋਸਤੋ, ਇਹਨਾਂ ਦੇ ਬਾਰੇ ਅੱਗੇ ਆਪਾਂ ਇਸ ਵੀਡੀਓ ਦੇ ਵਿੱਚ ਹੋਰ ਡਿਟੇਲ ਦੇ ਵਿੱਚ ਪੜ੍ਹਾਂਗੇ। ਕਾਰਜ ਦੇ ਆਧਾਰ 'ਤੇ ਜੇਕਰ ਆਪਾਂ ਵਾਕ ਵੰਡ ਦੇ ਬਾਰੇ ਪੜ੍ਹੀਏ ਤਾਂ ਇਹਦੇ ਵਿੱਚ ਆਉਂਦੇ ਨੇ ਜੀ ਹਾਂ ਵਾਚਕ ਵਾਕ, ਨਾਂ ਵਾਚਕ ਵਾਕ, ਪ੍ਰਸ਼ਨ ਵਾਚਕ ਵਾਕ, ਵਿਸਮੈ ਵਾਚਕ ਵਾਕ, ਆਗਿਆ ਜਾਂ ਹੁਕਮ ਵਾਚਕ, ਅਤੇ ਅੱਗੇ ਆਉਂਦੇ ਨੇ ਜੀ ਇੱਛਾ ਵਾਚਕ ਵਾਕ। ਤਾਂ ਦੇਖਦੇ ਹਾਂ ਜੀ ਦੋਸਤੋ, ਸਭ ਤੋਂ ਪਹਿਲਾਂ ਬਣਤਰ ਦੇ ਆਧਾਰ 'ਤੇ ਵਾਕ ਵੰਡ। ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ, ਹਰ ਤਰ੍ਹਾਂ ਦੇ ਮੁਕਾਬਲੇ ਦੀ ਪ੍ਰੀਖਿਆ ਦੇ ਲਈ ਬਹੁਤ ਹੀ ਮਹੱਤਵਪੂਰਨ ਵੀਡੀਓ ਸੀਰੀਜ਼ ਹੈ। ਜੇਕਰ ਤੁਸੀਂ ਮੇਰੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਹਾਂਜੀ, ਸਧਾਰਨ ਵਾਕ ਦੇ ਬਾਰੇ ਚਰਚਾ ਕਰਦੇ ਹਾਂ ਜੀ। ਪਹਿਲਾਂ ਇਸ ਵਿੱਚ ਇੱਕ ਉਦੇਸ਼ ਅਤੇ ਇੱਕ ਵਿਧੇਯ ਹੁੰਦਾ ਹੈ, ਇਹ ਵੱਖ ਵੱਖ ਉਪ ਵਾਕਾਂ ਵਿੱਚ ਨਹੀਂ ਵੰਡਿਆ ਜਾਂਦਾ। ਦੋਸਤੋ, ਜੇਕਰ ਤੁਸੀਂ ਉਦੇਸ਼ ਅਤੇ ਵਿਧੇਯ ਦੇ ਬਾਰੇ ਪੜ੍ਹਨਾ ਚਾਹੁੰਦੇ ਹੋ ਤਾਂ ਇਸ ਤੋਂ ਪਹਿਲਾਂ ਮੈਂ ਵੀਡੀਓ ਅਪਲੋਡ ਕਰ ਚੁੱਕਿਆ, ਉਹਨੂੰ ਜ਼ਰੂਰ ਦੇਖ ਲਿਓ ਸ਼ੁਰੂ ਵੀਡੀਓ ਨੂੰ ਦੇਖਣ ਤੋਂ ਪਹਿਲਾਂ। ਹਾਂਜੀ, ਇਸ ਨੂੰ ਹੋਰ ਵੱਖ ਉਪ ਵਾਕਾਂ ਵਿੱਚ ਨਹੀਂ ਵੰਡਿਆ ਜਾਂਦਾ। ਨਾਂਵ ਵਾਕੰਸ਼ ਅਤੇ ਕਿਰਿਆ ਵਾਕੰਸ਼ ਇਸ ਦੇ ਲਾਜ਼ਮੀ ਤੱਤ ਹਨ, ਇਸ ਤੋਂ ਬਿਨਾਂ ਵਾਕ ਅਧੂਰਾ ਲੱਗਦਾ ਹੈ। ਜਿਵੇਂ ਉਦਾਹਰਣ ਦੀ ਜੇਕਰ ਗੱਲ ਕਰੀਏ, ਬੱਚੇ ਫੁੱਟਬਾਲ ਖੇਡ ਰਹੇ ਹਨ, ਹਰਮਨ ਕਿਤਾਬ ਪੜ੍ਹ ਰਿਹਾ ਹੈ ਅਤੇ ਹਰਮਨ ਪੜ੍ਹ ਰਿਹਾ ਹੈ, ਇਹ 3 ਉਦਾਹਰਨਾਂ ਲਈਆਂ ਨੇ। ਦੇਖਦੇ ਹਾਂ ਇਹਨਾਂ ਉਦਾਹਰਨਾਂ ਦੇ ਵਿੱਚ ਕੀ ਹੈ। ਪਹਿਲੇ ਅਤੇ ਦੂਸਰੇ ਵਾਕ ਵਿੱਚ 2 ਨਾਂਵ ਵਾਕੰਸ਼ ਹਨ, ਇਹ ਹੈ ਜੀ ਪਹਿਲਾ ਵਾਕ, ਬੱਚੇ ਫੁੱਟਬਾਲ ਖੇਡ ਰਹੇ ਹਨ, ਇਹ ਹੈ ਦੂਜਾ ਵਾਕ, ਅਤੇ ਹੈ ਜੀ ਤੀਜਾ ਵਾਕ। ਤਾਂ ਦੱਸਿਆ ਗਿਆ ਜੀ ਪਹਿਲੇ 2 ਵਾਕਾਂ ਦੇ ਵਿੱਚ 2 ਨਾਂਵ ਵਾਕੰਸ਼ ਨੇ, ਜਿਹਦੇ ਵਿੱਚ ਆ ਗਿਆ ਬੱਚੇ ਅਤੇ ਫੁੱਟਬਾਲ, ਦੂਜੇ 'ਚ ਆ ਗਿਆ ਜੀ ਹਰਮਨ ਅਤੇ ਕਿਤਾਬ। ਤਾਂ ਪਹਿਲੇ ਵਾਕ ਦਾ ਕਰਤਾ ਬੱਚੇ ਅਤੇ ਹਰਮਨ ਹੋ ਗਏ ਨਾਂਵ ਵਾਕੰਸ਼ ਵਜੋਂ, ਅਤੇ ਦੂਜਾ ਫੁੱਟਬਾਲ ਅਤੇ ਕਿਤਾਬ ਕਰਮ ਨਾਂਵ ਵਾਕੰਸ਼ ਦੀ ਭੂਮਿਕਾ ਨਿਭਾ ਰਹੇ ਹਨ। ਜਦਕਿ ਤੀਜਾ ਵਾਕ ਹੈ ਜੀ ਆਪਣੇ ਕੋਲ ਹਰਮਨ ਪੜ੍ਹ ਰਿਹਾ ਹੈ, ਤਾਂ ਇਹਦੇ ਵਿੱਚ ਆਪਣੇ ਕੋਲ 1 ਨਾਂਵ ਵਾਕੰਸ਼ ਹੈ ਜੋ ਕਿ ਹਰਮਨ ਹੈ, ਅਤੇ 1 ਕਿਰਿਆ ਵਾਕੰਸ਼ ਹੈ ਉਹ ਵਿਚਰ ਰਹੇ ਨੇ ਆਪਣੇ ਕੋਲ। ਤਾਂ ਉਮੀਦ ਕਰਦਾ ਜੀ ਕਿ ਤੁਹਾਨੂੰ ਸਧਾਰਨ ਵਾਕ ਦੀ ਬਣਤਰ ਸਮਝ ਆ ਗਈ ਹੋਵੇਗੀ, ਇਸ ਨੂੰ ਹੋਰ ਅੱਗੇ ਭਾਗਾਂ ਦੇ ਵਿੱਚ ਨਹੀਂ ਵੰਡਿਆ ਜਾਂਦਾ। ਅੱਗੇ ਗੱਲ ਕਰਦੇ ਹਾਂ ਜੀ ਸੰਯੁਕਤ ਜਾਂ ਸੰਯੁਕਤ ਵਾਕ, ਇਹ ਵਾਕ ਹਰ ਪੱਖੋਂ ਬਰਾਬਰਤਾ ਦਾ ਭਾਵ ਰੱਖਦੇ ਹਨ, ਇਸ ਵਿੱਚ 2 ਜਾਂ 2 ਤੋਂ ਵੱਧ, ਧਿਆਨ ਰੱਖਣਾ ਜੀ, 2 ਜਾਂ 2 ਤੋਂ ਵੱਧ ਸੁਤੰਤਰ ਉਪਵਾਕ, ਸੁਤੰਤਰ ਸ਼ਬਦ ਵਰਤਿਆ ਗਿਆ, ਵਿਚਰਦੇ ਹਨ। ਇਹਨਾਂ ਸੁਤੰਤਰ ਜਾਂ ਸਮਾਨ ਉਪਵਾਕਾਂ ਨੂੰ ਕਾਮੇ ਜਾਂ ਤੇ ਅਤੇ ਪਰ ਚਾਹੇ ਫਿਰ ਵੀ ਪਰੰਤੂ ਸਗੋਂ ਆਦਿ ਸਮਾਨ ਯੋਜਕਾਂ ਨਾਲ ਜੋੜਿਆ ਜਾਂਦਾ ਹੈ। ਦੋਸਤੋ, ਜੇਕਰ ਤੁਸੀਂ ਯੋਜਕਾਂ ਦੇ ਬਾਰੇ ਪੜ੍ਹਨਾ ਚਾਹੁੰਦੇ ਹੋ ਤਾਂ ਇਸ ਨਾਲ ਸੰਬੰਧਿਤ ਵੀਡੀਓ ਮੈਂ ਪਹਿਲਾਂ ਹੀ ਅਪਲੋਡ ਕਰ ਚੁੱਕਿਆ ਚੈਨਲ। ਸਬਸਕ੍ਰਾਈਬ ਕਰਨ ਤੋਂ ਬਾਅਦ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਯੋਜਕਾਂ ਦੇ ਨਾਲ ਸੰਬੰਧਿਤ ਡਿਟੇਲ ਦੇ ਵਿੱਚ ਵੀਡੀਓ ਦੇਖ ਸਕਦੇ ਹੋ, ਅਤੇ ਇਸ ਦੇ ਨਾਲ ਸੰਬੰਧਿਤ ਤੁਸੀਂ MCQ ਦਾ ਪੇਪਰ ਵੀ ਕਰ ਸਕਦੇ ਹੋ। ਹਾਂਜੀ, ਜਿਵੇਂ ਉਦਾਹਰਣ ਹੈ ਜੀ, ਮੁੰਡਾ ਲਿਖਦਾ ਹੈ ਅਤੇ ਕੁੜੀ ਪੜ੍ਹਦੀ ਹੈ।
ਦੂਜੀ ਉਦਾਹਰਨ ਹੈ ਜੀ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ। ਤਾਂ ਆਪਾਂ ਸੰਯੁਕਤ ਜਾਂ ਸੰਯੁਕਤ ਵਾਕਾਂ ਦੇ ਬਾਰੇ ਪੜ੍ਹ ਰਹੇ ਹਾਂ। ਕਹਿੰਦੇ ਉਪਰੋਕਤ ਦੋਵੇਂ ਸੰਯੁਕਤ ਵਾਕ, ਇਹ ਜੋ ਊੜਾ ਅਤੇ ਆੜਾ ਵਾਕ ਨੇ, ਇਹ ਤੇ ਅਤੇ ਜਾਂ, ਤੇ ਆਸੀ ਜੀ ਜਾਂ ਆਸੀ, ਸਮਾਨ ਯੋਜਕਾਂ ਨਾਲ ਬਣੇ ਹਨ। ਉਪਰੋਕਤ ਵਾਕ ਇਕੱਲੇ ਇਕੱਲੇ ਵਿਚਰਨ ਦੀ ਸਮਰੱਥਾ ਵੀ ਰੱਖਦੇ ਨੇ, ਜਿਵੇਂ ਕਿ ਆਪਾਂ ਨੇ ਉੱਪਰ ਕਰਿਆ ਸੀ ਕਿ ਇਹ ਇਕੱਲੇ ਇਕੱਲੇ ਵਿਚਰਨ ਦੀ ਸਮਰੱਥਾ ਵੀ ਰੱਖਦੇ ਨੇ। ਜਿਵੇਂ ਮੁੰਡਾ ਲਿਖਦਾ ਹੈ, ਇਹ ਮੁੰਡਾ ਲਿਖਦਾ ਹੈ ਜੋ ਸਵਾਧੀਨ ਉਪਵਾਕ ਹੈ, ਅਤੇ ਯੋਜਕ ਇਹਦੇ ਵਿੱਚ ਤੇ ਲੱਗਿਆ ਹੋਇਆ ਹੈ। ਕੁੜੀ ਪੜ੍ਹਦੀ ਹੈ, ਇਹ ਵੀ ਸਵਾਧੀਨ ਉਪਵਾਕ ਹੈ। ਤਾਂ ਇਸ ਤਰ੍ਹਾਂ ਦੋਵੇਂ ਵਾਕ ਨੇ ਜੋ ਇਕੱਲੇ ਇਕੱਲੇ ਵਿਚਰਨ ਦੀ ਸ਼ਕਤੀ ਵੀ ਰੱਖਦੇ ਨੇ, ਅਤੇ ਇਹਨਾਂ ਨੂੰ ਸਮਾਨ ਯੋਜਕਾਂ ਦੇ ਨਾਲ ਜੋੜਿਆ ਜਾਂਦਾ ਹੈ। ਦੋਸਤੋ, ਸਮਾਨ ਯੋਜਕ ਦੀ ਬਹੁਤ ਹੀ ਵਧੀਆ ਉਦਾਹਰਨ ਬਣ ਗਈ ਇਹ। ਇਹ ਸੀ ਜੀ ਸੰਯੁਕਤ ਵਾਕ। ਅੱਗੇ ਕਰਦੇ ਹਾਂ ਜੀ ਮਿਸ਼ਰਿਤ ਵਾਕ। ਇਹ ਬਣਤਰ ਦੇ ਆਧਾਰ 'ਤੇ ਆਪਾਂ ਵਾਕਾਂ ਦੇ ਬਾਰੇ ਪੜ੍ਹ ਰਹੇ ਹਾਂ। ਇਸ ਵਿੱਚ ਇੱਕ ਮੁੱਖ ਅਤੇ ਇੱਕ ਜਾਂ ਇੱਕ ਤੋਂ ਵੱਧ ਅਧੀਨ ਉਪਵਾਕ ਕਾਰਜਸ਼ੀਲ ਹੁੰਦੇ ਹਨ। ਹਾਂਜੀ, ਇਹਦੇ ਵਿੱਚ ਇੱਕ ਮੁੱਖ ਉਪਵਾਕ ਹੁੰਦਾ ਅਤੇ ਇੱਕ ਜਾਂ ਇੱਕ ਤੋਂ ਵੱਧ ਅਧੀਨ ਉਪਵਾਕ ਹੁੰਦੇ ਨੇ। ਅਧੀਨ ਉਪਵਾਕ ਨੇ ਜੋ ਉਹ ਮੁੱਖ ਉਪਵਾਕ ਦੇ ਨਾਲ ਲਾ ਕੇ ਸਾਰਥਿਕਤਾ ਗ੍ਰਹਿਣ ਕਰਦੇ ਨੇ, ਆਪਣੇ ਆਪ ਦੇ ਵਿੱਚ ਉਹਨਾਂ ਦਾ ਕੋਈ ਮਤਲਬ ਨਹੀਂ ਰਹਿੰਦਾ। ਜਦੋਂ ਅਧੀਨ ਉਪਵਾਕ ਮੁੱਖ ਉਪਵਾਕ ਦੇ ਨਾਲ ਆਉਂਦੇ ਨੇ ਤਾਂ ਉਹਨਾਂ ਦੀ ਸਾਰਥਿਕਤਾ ਹੋ ਜਾਂਦੀ ਹੈ, ਵਾਕ ਦਾ ਮੀਨਿੰਗ ਬਣ ਜਾਂਦਾ। ਅਧੀਨ ਉਪਵਾਕ ਦੀ ਪਛਾਣ ਹੈ ਜੋ ਉਹ ਅਧੀਨ ਯੋਜਕਾਂ ਤੋਂ ਕੀਤੀ ਜਾਂਦੀ ਹੈ। ਜਿਵੇਂ ਅਧੀਨ ਯੋਜਕਾਂ ਦੀਆਂ ਕਿਸਮਾਂ ਨੇ ਜੀ ਇਹ ਜੋ, ਜਿਹੜਾ, ਜਿਸ, ਜਦੋਂ, ਜੇ, ਕੇ, ਜਿਨ੍ਹਾਂ, ਇਹਨਾਂ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਗੁਰਦੀਪ ਨੇ ਕਿਹਾ ਕਿ ਅੱਜ ਤੋਂ ਬਾਅਦ ਮੈਂ ਇਹ ਕੰਮ ਠੀਕ ਤਰ੍ਹਾਂ ਕਰਾਂਗਾ। ਤਾਂ ਦੋਸਤੋ, ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਉਦਾਹਰਨ ਲਈ ਹੈ, ਇਹਦੇ ਵਿੱਚ ਗੁਰਦੀਪ ਨੇ ਕਿਹਾ, ਇਹ ਹੈ ਜੀ ਮੁੱਖ ਉਪਵਾਕ, ਅਤੇ ਆ ਗਿਆ ਉਸ ਤੋਂ ਕੇ ਆ ਗਿਆ, ਅਤੇ ਉਸ ਤੋਂ ਬਾਅਦ ਆ ਜਾਂਦਾ ਜੀ ਅਧੀਨ ਉਪਵਾਕ, ਅਤੇ ਇਸ ਤੋਂ ਬਿਨਾਂ ਜੋ ਅਧੀਨ ਉਪਵਾਕ ਹੈ, ਅੱਜ ਤੋਂ ਬਾਅਦ ਮੈਂ ਇਹ ਕੰਮ ਠੀਕ ਤਰ੍ਹਾਂ ਕਰਾਂਗਾ, ਇਹ ਆ ਗਿਆ ਜੀ ਅਧੀਨ ਉਪਵਾਕ, ਅਤੇ ਮੁੱਖ ਉਪਵਾਕ ਆ ਗਿਆ ਜੀ ਇਹਦੇ ਵਿੱਚ ਗੁਰਦੀਪ ਨੇ ਕਿਹਾ, ਅਤੇ ਇਹ ਅਧੀਨ ਯੋਜਕ ਦੇ ਨਾਲ ਜੁੜਿਆ ਹੋਇਆ ਕੇ। ਤਾਂ ਦੋਸਤੋ, ਜਿਹੜੇ ਸਮਾਨ ਯੋਜਕਾਂ ਦੇ ਨਾਲ ਜੁੜੇ ਹੋਣ ਉਹ ਹੁੰਦੇ ਨੇ ਸੰਯੁਕਤ ਵਾਕ, ਅਤੇ ਜੋ ਅਧੀਨ ਯੋਜਕਾਂ ਦੇ ਨਾਲ ਜੁੜੇ ਹੁੰਦੇ ਨੇ ਉਹ ਹੁੰਦੇ ਨੇ ਜੀ ਮਿਸ਼ਰਿਤ ਵਾਕ। ਇਹ ਸੀ ਦੋਸਤੋ ਬਣਤਰ ਦੇ ਆਧਾਰ 'ਤੇ ਵਾਕਾਂ ਦੀਆਂ ਕਿਸਮਾਂ। ਅਤੇ ਦੋਸਤੋ, ਅਗਲੀ ਵੀਡੀਓ ਦੇ ਵਿੱਚ ਕਰਾਂਗੇ ਆਪਾਂ ਕਾਰਜ ਦੇ ਆਧਾਰ 'ਤੇ ਵਾਕਾਂ ਦੀਆਂ ਕਿਸਮਾਂ ਦੇ ਬਾਰੇ। ਤਾਂ ਦੋਸਤੋ, ਇਸ ਦਾ ਅਗਲਾ ਭਾਗ ਦੇਖਣਾ, ਜ਼ਰੂਰ ਦੇਖਣਾ, ਭੁੱਲਿਓ ਨਾ। ਅਤੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਉਹਦੇ ਬਾਰੇ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਦੋਸਤੋ ਤੁਸੀਂ ਮੇਰੇ ਇਸ ਚੈਨਲ ਦੇ ਉੱਪਰ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਇਸ ਚੈਨਲ ਦੇ ਉੱਪਰ ਤੁਸੀਂ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਬਹੁਤ ਸਾਰੀ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ।